ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਨਾਭਾ ਤੋਂ ਵੱਡਾ ਝਟਕਾ ਲੱਗਾ ਹੈ। ਕਾਂਗਰਸ ਸਰਕਾਰ ਦੀਆਂ ਨੀਤੀਆਂ ਨੂੰ ਵੇਖਦਿਆਂ ਹਲਕੇ ਦੇ ਪਿੰਡ ਮਟੋੜਾ ਦੇ 5 ਕੱਟੜ ਅਕਾਲੀ ਦਲ ਸਮਰਥਕ ਪਰਿਵਾਰ ਕਾਂਗਰਸ 'ਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਮੌਜੂਦਾ ਪੰਚਾਇਤ ਮੈਂਬਰ ਵੀ ਸ਼ਾਮਲ ਹੈ। ਇਸ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਰੋਪਾ ਦੇ ਕੇ ਪਾਰਟੀ ਵਿੱਚ ਸਵਾਗਤ ਕੀਤਾ। ਜਗਤਾਰ ਸਿੰਘ ਹੋਣੀ, ਬਲਦੇਵ ਸਿੰਘ, ਲਾਲ ਸਿੰਘ, ਹਰਪ੍ਰੀਤ ਸਿੰਘ, ਇਹ ਨੇ ਪਰਿਵਾਰ ਆਏ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ 'ਚ। ਮੈਂ ਵੈਲਕਮ ਕਰਦਾ ਔਰ ਮੈਂਬਰ ਪੰਚਾਇਤ ਨੇ ਇੱਕ ਦੋ ਤਾਂ 'ਚ ਮਟੋਲੜੇ ਤੋਂ, ਮਟੋਲੜਾ ਪਿੰਡ ਤੋਂ। ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜਿਸ ਇਰਾਦੇ ਨਾਲ ਤੁਸੀਂ ਸਾਫ਼ ਇਰਾਦੇ ਨਾਲ ਸਾਡੇ ਕੋਲ ਆਏ ਹੋ, ਅਸੀਂ ਵੀ ਸਾਫ਼ ਇਰਾਦੇ ਨਾਲ ਤੁਹਾਡੀ ਮਦਦ ਕਰਾਂਗੇ। ਸਭ ਤੋਂ ਵੱਡੀ ਗੱਲ ਹੈ, ਜਦੋਂ ਪਾਰਟੀ ਨੂੰ ਲੋੜ ਹੁੰਦੀ ਹੈ ਪਾਰਟੀ ਦੇ ਨਾਲ ਰਹੋ ਔਰ ਪਾਰਟੀ 'ਚ ਬੜਾ ਕੁਛ ਹੈ, ਕਾਲੇ ਨਾ ਪਿਓ। ਜਦੋਂ ਪਾਰਟੀ ਜੁਆਇਨ ਕੀਤੀ ਕਾਲੇ ਨਾ ਪਿਓ, ਕਾਲਿਆਂ ਵਾਸਤੇ ਇੱਥੇ ਕੋਈ ਜਗ੍ਹਾ ਨਹੀਂ। ਮੇਰਾ ਨਾਮ ਅਵਤਾਰ ਸਿੰਘ ਹੈ ਜੀ, ਮੈਂ ਬਤੌਰਾ ਪੰਚ ਮਟੋਡੇ ਤੋਂ ਹਾਂ ਜੀ, ਅਤੇ ਮੈਨੂੰ ਅਕਾਲੀ ਦਲ ਇਹਦੀ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਬਹੁਤ ਵਧੀਆ ਲੱਗੀ ਹੈ ਜੀ, ਅਤੇ ਕਰਜ਼ਾ ਮਾਫ਼ੀ ਵਾਲੀ ਸਕੀਮ ਵੀ ਸਾਨੂੰ ਕੈਪਟਨ ਸਾਹਿਬ ਦੀ ਬਹੁਤ ਵਧੀਆ ਲੱਗੀ ਜੀ। ਸਾਡੇ ਪਿੰਡ ਦੇ ਬਹੁਤ ਕਰਜ਼ਾ ਮਾਫ਼ੀ ਹੋਏ ਨੇ ਜੀ, ਸਾਡਾ ਆਪਣਾ ਮਾਫ਼ ਹੋਇਆ ਜੀ, ਫਿਰ 2 ਲੱਖ ਰੁਪਇਆ ਹੋਇਆ ਜੀ ਸਾਡਾ ਆਪਣਾ ਪਰਿਵਾਰ।